ਆ ਗੱਡੀ ਚੈੱਕ ਕਰੋ, ਨਵਾਂ ਦਿਨ ਚੜਿਆ ਜੀ, ਬਹੁਤ ਹੀ ਸੋਹਣਾ ਦਿਨ ਚੜਿਆ, ਇੰਨੀ ਜ਼ਿਆਦਾ ਸੋਹਣੀ ਗੱਡੀ ਦੇ ਵਿੱਚ ਆਪਾਂ ਬੈਠੇ ਹਾਂ। ਉਹ ਮੂਹਰੇ ਤੇ ਗੱਡੀ ਦੇਖ ਲਓ ਕਿਹੜੀ ਆ, ਇਹ ਆਪੀ ਦੇਖ ਲਓ ਲੋ। ਅਤੇ ਮੈਂ ਆਪਣੇ ਫਰੈਂਡ ਨਾਲ ਕੁਛ ਖਾਣ ਪੀਣ ਆਇਆ ਸੀਗਾ ਜੀ, ਅਸੀਂ ਬਸ ਹੋਟਲ 'ਚ ਜਾਂਦੇ ਹਾਂ ਕੁਛ ਖਾਂਦੇ ਪੀਂਦੇ ਹਾਂ, ਪਰ ਗੱਡੀ ਯਾਰ ਜਮ੍ਹਾਂ ਸਿਰ। ਮੈਂ ਵੀ ਪਹਿਲੀ ਵਾਰ ਆਇਆ ਜੀ ਉਰੇ ਫੂਡ ਖਾਣ, ਫੂਡ ਇਹਨਾਂ ਦਾ ਬਹੁਤ ਹੀ ਡਿਫਰੈਂਟ ਸੀਗਾ, ਯੂਨੀਕ ਜਿਹਾ ਸੀਗਾ, ਬਰਗਰ ਅਤੇ ਉਹ ਨਾਲ ਸਮੋਸੇ। ਬਹੁਤ ਜਾਣੇ ਆਏ ਨੇ ਜੀ ਉਰੇ, ਘੈਂਟ ਘੈਂਟ, ਟਰੂਡੋ, ਜਗਮੀਤ ਸਿੰਘ, ਬਿਗ ਬੈਂਗ ਥਿਊਰੀ ਵਾਲਾ ਰਾਜ, ਲੀਲੀ ਸਿੰਘ, ਸਾਰੇ ਕਿਤੇ ਹੀ ਮਤਲਬ ਫੋਟੋ ਹੀ ਫੋਟੋ ਆਉਂਦੇ। ਪ੍ਰਿਅੰਕਾ ਚੋਪੜਾ, ਦੀਪ ਜੰਡੂ, ਰਣਵੀਰ ਹੁੱਡਾ, ਘੈਂਟ ਆ ਕੰਮ ਬਾਈ। ਸਿੱਧੂ ਦੀ ਫੇਵਰੇਟ ਗੱਡੀ ਸੀਗੀ ਇਹ, ਹੈ ਜੀ ਵੈਗਨ, ਆਪਾਂ ਵੀ ਚਲਾ ਕੇ ਦੇਖਦੇ ਹਾਂ। G63 ਬੁੱਕ ਹੈ ਰੋਡ 'ਤੇ। ਲਓ ਜੀ ਗੱਡੀ ਸਟਾਰਟ ਕਰਦੇ ਹਾਂ, ਖਾ ਪੀ ਲਿਆ। ਆਹ V8 ਬਈ, ਜੀਪ ਤਾਂ ਖਾਸੀ ਉੱਚੀ ਲੱਗਦੀ ਹੈ ਵੀਰੇ, ਘੈਂਟ ਫੀਲਿੰਗ ਆ ਰਹੀ ਹੈ। ਵਾਹਿਗੁਰੂ 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 ਵਾਹਿਗੁਰੂ, ਸਤਨਾਮ, ਕਿਆ ਨਜ਼ਾਰੇ ਬਾਬੇ, ਬਸ ਇੰਨੀ ਕੁ ਕਿਰਪਾ ਹੋਵੇ ਵੀ ਇਹੋ ਜਿਹੀਆਂ 3-4 ਘਰੇ ਖੜੀਆਂ ਹੋਣ, ਚਾਹੇ ਕਿਸੇ ਦੀਆਂ ਹੀ ਹੋਣ। ਆਹ ਥੋੜ੍ਹੇ ਜਿਹੇ ਸਾਲ ਪਹਿਲਾਂ ਦੀ ਗੱਲ ਆ ਜੀ, ਮੈਨੂੰ ਇਹ ਗੱਡੀ ਬਾਰੇ ਪਤਾ ਹੀ ਨਹੀਂ ਹੁੰਦਾ ਸੀਗਾ ਵੀ ਇਹ ਗੱਡੀ ਐਗਜ਼ਿਸਟ ਵੀ ਕਰਦੀ ਆ, ਕਿਹੋ ਜਿਹੀ ਗੱਡੀ ਆ। ਅੱਜ ਆਪਾਂ ਗੱਡੀ ਦੇ ਵਿੱਚ ਬੈਠੇ ਹਾਂ ਅਤੇ ਇੰਨਾ ਜ਼ਿਆਦਾ ਸਵਾਦ ਆ ਰਿਹਾ ਵਾ ਚਲਾਉਣ ਦਾ, ਇਹਦਾ ਮੈਨੂੰ ਪਤਾ ਲੱਗਿਆ ਸੀਗਾ ਜਦੋਂ ਸਿੱਧੂ ਮਤਲਬ ਜੀ ਵੈਗਨ ਦੀ ਗੱਲ ਕਰਨ ਲੱਗਿਆ ਸੀ। ਉਦੋਂ ਪਹਿਲਾਂ ਇਹਦੀ ਮੈਨੂੰ ਇਹ ਗੱਡੀ ਦੀ ਘੱਟ ਅਵੇਅਰਨੈਸ ਹੁੰਦੀ ਸੀ, ਮੈਨੂੰ ਲੱਗਦਾ ਸੀ ਮਰਸੇਡੀ ਦੀ ਇੱਕ ਗੱਡੀ ਆ, ਬਾਕਸ ਵਰਗੀ ਗੱਡੀ ਆ, ਲੋਕ ਪਤਾ ਨਹੀਂ ਕਾਹਦੇ ਲਈ ਜਾਂਦੇ, ਉਹਨੂੰ ਐਂ ਹੁੰਦਾ ਸੀਗਾ। ਪਰ ਜਦ ਸਿੱਧੂ ਨੇ ਗਾਣਾ ਗਾਇਆ G63 ਬੁੱਕੇ ਰੋਡ 'ਤੇ, ਹੈ ਨਾ, ਉਦੋਂ ਪਹਿਲਾਂ ਵੀ ਉਹਨੇ ਜਿਹੜੇ ਜਿੱਥੇ ਜਿੱਥੇ ਜ਼ਿਕਰ ਕੀਤਾ ਉਹਦੇ ਨਾਲ ਫਿਰ ਮੈਨੂੰ ਗੱਡੀ ਦਾ ਪਤਾ ਲੱਗਿਆ। ਫਿਰ ਮੈਨੂੰ ਜਦੋਂ ਮੈਂ ਤਾਂ ਪ੍ਰਾਈਸ ਸੁਣਿਆ, ਮੈਂ ਕਿਹਾ ਯਾਰ ਇੰਨੀ ਜ਼ਿਆਦਾ ਮਹਿੰਗੀ ਹੁੰਦੀ ਹੈ ਇਹ ਗੱਡੀ, ਅਤੇ ਪਰ ਅੱਜ ਮੈਂ ਸੋਚਿਆ ਵੀ ਨਹੀਂ ਸੀਗਾ। ਅੱਜ ਮੈਂ 2 ਗੱਡੀਆਂ 'ਚ 1 ਗੱਡੀ ਚਲਾਉਣੀ ਸੀਗੀ, ਉਹ ਲੈਂਬਰਗਿਨੀ ਵੀ ਹੋ ਸਕਦੀ ਸੀ, ਉਹ ਜੀ ਵੈਗਨ ਵੀ ਹੋ ਸਕਦੀ, ਮੈਂ ਸੋਚ ਕੇ ਅਸੀਂ ਬਾਹਰ ਵੀ ਸ਼ਾਇਦ ਲੈਂਬਰ ਹੋਊਗੀ, ਪਰ ਉਦੋਂ ਵੀ ਘੈਂਟ ਖੜੀ ਸੀਗੀ। ਸੋ ਆਮ ਜਸਟ ਹੈਵਿੰਗ ਫਨ, ਬੜਾ ਜ਼ਿਆਦਾ ਵਧੀਆ ਲੱਗ ਰਿਹਾ ਚਲਾਉਣਾ, ਐਂ ਲੱਗਦਾ ਮੈਂ ਬੜਾ ਉੱਪਰ ਬੈਠਾ ਵਾ, ਜਿਵੇਂ ਕਮਰੇ 'ਚ ਬੈਠਾ, ਅਤੇ ਜਦੋਂ ਚੱਲਦੀ ਆ ਯਾਰ ਪੂਰਾ ਓ ਧੱਕ ਪੈਂਦੀ ਆ ਜੀ ਪੂਰੀ। ਆਹ ਗੱਡੀ ਦਾ ਘੈਂਟ ਫੀਚਰ ਆ ਜੀ, ਇਹ ਦੇਖੋ ਫਰੰਟ ਕੈਮਰਾ ਵੀ ਦਿਖਾ ਰਿਹਾ ਵੀ ਮੂਹਰੋਂ ਕਿੰਨੀ ਕੁ ਜਗ੍ਹਾ ਰਹਿ ਗਈ। ਅਤੇ ਇੱਕ ਹੋਰ ਘੈਂਟ ਚੀਜ਼ ਸੀਗੀ, ਜਦ ਮੈਂ ਗੱਡੀ ਚਲਾ ਰਿਹਾ ਸੀ ਨਾ, ਮੈਨੂੰ ਇਹਨੇ ਸਾਈਡ ਤੋਂ ਘੁੱਟਿਆ ਜਾਂ ਜਦੋਂ ਮੈਂ ਥੋੜ੍ਹੀ ਸ਼ਾਰਪ ਟਰਨ ਲਈ, ਆਪਣੇ ਆਪ ਹੀ ਸਾਈਡਾਂ ਤੋਂ ਫੜ ਕੇ ਜੇ ਬਿਠਾ ਦਿੰਦੀ ਆ ਵੀ ਬੰਦਾ ਗਿਰੇ ਗੁਰੇ ਨਾ, ਇੰਨੀ ਤਾਂ ਅਸੀਂ ਭਜਾਈ ਵੀ ਨਹੀਂ ਸੀ, ਪਰ ਮੈਂ ਕਿਹਾ ਰਾਹ ਕੀ ਹੋ ਗਿਆ, ਪਹਿਲੀ ਵਾਰੀ ਇਹੋ ਜਿਹੀ ਗੱਡੀ 'ਚ ਬੈਠੇ ਹਾਂ। ਅਸੀਂ ਹੁਣ ਖਾ ਪੀ ਕੇ ਜੀ ਚਾਹ ਪੀਣ ਆਏ ਸੀਗੇ, ਮੈਂ ਕਿਹਾ ਚਾਹ ਚੂਹ ਪੀ ਲਈਏ, ਅਤੇ ਗੁੜ ਵਾਲੀ ਚਾਹ ਅਸੀਂ ਪੀਤੀ ਆ, ਕਿਹੜੀ ਜਗ੍ਹਾ ਦਾ ਨਾਮ ਆ, ਜੈਂਟਲਮੈਨ ਚਾਹ ਐਂਡ ਸਨੈਕਸ, ਕੈਨੇਡੀ ਕੋਲ ਆ ਇਹ, ਕੈਨੇਡੀ ਅਤੇ ਆਪਣੇ ਕੁਈਨ ਦੇ ਉੱਤੇ। ਸੋ ਇੱਦਾਂ ਦੀ ਲਾਈਫ ਹੋਣੀ ਚਾਹੀਦੀ ਹੈ ਜੀ। ਆਏ ਅਸੀਂ ਜੀ ਵੈਗਨ ਦੇ ਵਿੱਚ, ਗੁੜ ਵਾਲੀ ਚਾਹ ਅਸੀਂ ਪੀ ਰਹੇ ਹਾਂ ਨਜ਼ਾਰੇ ਦੇ ਨਾਲ, ਜਿਹੜੀ ਕਿ ਬਹੁਤ ਜ਼ਿਆਦਾ ਮਿੱਠੇ ਬਣਾਈ ਆ, ਕਿਉਂਕਿ ਜਿਹੜੀ ਅਸੀਂ ਦੁਕਾਨ 'ਤੇ ਆਏ ਅੱਗੇ ਜਿਹੜੀ ਕੁੜੀ ਕੰਮ ਕਰਦੀ ਸੀ ਉਹ ਸਾਡੇ ਪਿੰਡ ਵਿਆਹੀ ਹੋਈ ਆ, ਉਹਨਾਂ ਨੂੰ ਵੀ ਮਿਲ ਕੇ ਵਧੀਆ ਲੱਗਿਆ, ਅਤੇ ਚਾਹ ਵੀ ਬਾਹਲੀ ਜ਼ਿਆਦਾ ਸਵਾਦ ਬਣਾਈ ਆ ਗੁੜ ਵਾਲੀ, ਸਿਰਾ ਕਰਾਤਾ ਬਾਬੇ। ਚਾਹ ਪੀ ਕੇ ਹੋ ਗਏ ਜੀ ਆਪਾਂ ਕੈੜੇ, ਫਿਰ ਸੋਚਿਆ ਵੀ ਬ੍ਰੈਂਪਟਨ ਦੀ ਸਭ ਤੋਂ ਮਸ਼ਹੂਰ ਜਗ੍ਹਾ 'ਚ ਜਾਇਆ ਜਾਵੇ, ਉਹ ਹੈਗੀ ਆ ਜੀ ਸ਼ੈਰੀਡਨ ਪਲਾਜ਼ਾ, ਤੁਸੀਂ ਚਰਚੀ ਦਾ ਸੁਣੀ ਹੋਣੇ ਆ ਪਹਿਲਾਂ। ਸੋ ਬਸ ਅਸੀਂ ਵੈਸੇ ਉੱਥੇ ਘੁੰਮਣ 'ਚ ਗਏ ਸੀ, ਮਾਹੌਲ ਜਿਹਾ ਦੇਖਣ ਗਏ ਸੀ ਵੀ ਕੀ ਹਿਸਾਬ ਕਿਤਾਬ ਆ, ਅਤੇ ਇੱਧਰੋਂ ਕੁਛ ਬਾਈ ਨੇ ਮੇਰੇ ਨਾਲ ਦੇ ਨੇ ਸਮਾਨ ਜਿਹਾ ਵੀ ਲੈਣਾ ਸੀਗਾ। ਅਸੀਂ ਵੀ ਸਿੱਧੂ ਦੇ ਗਾਣੇ ਲਾਏ ਹੋਏ ਸੀਗੇ ਜੀ, ਇੱਧਰ ਪਲਾਜ਼ੇ 'ਚ ਆਏ ਸੀਗੇ, ਇੱਧਰ ਵੈਸੇ ਹੀ ਅਸੀਂ ਕਿਹਾ ਚਲੋ ਗੇੜਾ ਮਾਰ ਕੇ ਆਉਂਦੇ ਹਾਂ, ਆਹੀ ਬਸ ਆਹੀ ਚੀਜ਼ਾਂ ਕਰਕੇ ਬਾਈ ਲੈ ਜਾਣ ਸੀਗਾ, ਦੇਖ ਲਓ ਫਰੋਮ 1993, ਜਿਹੜਾ ਮਰਜ਼ੀ ਟਾਈਮ ਆ ਜਾਏ, ਅੱਜ ਵੀ ਅਸੀਂ ਉਹਦੇ ਗਾਣੇ ਸੁਣ ਰਹੇ ਹਾਂ ਜੀ। ਖਾਣ ਪੀਣ ਤੋਂ ਬਾਅਦ ਹੀ ਮੇਰਾ ਫਰੈਂਡ ਕਹਿੰਦਾ ਬਹੁਤ ਦਿਨ ਹੋ ਗਏ ਗੇੜੀ ਮਾਰ ਕੇ ਆਉਣੀ ਆ, ਹੈ ਨਾ, ਮੈਂ ਤਾਂ ਭੁੱਲ ਹੀ ਗਿਆ ਜਿਹੜੀ ਗੇੜੀ ਮਾਰੀ ਦਿੰਦੀ ਆ। ਸੋ ਚਲੋ ਅਸੀਂ ਆ ਗੇੜੀ ਮਾਰਨ ਚਲੀ ਗਏ, ਸਾਰਾ ਕੁਛ, ਉਹ ਵੀ ਬਹਿ ਗਿਆ, ਮੈਂ ਵੀ ਬਹਿ ਗਿਆ, ਬਸ ਐਵੇਂ ਘੁੰਮਣ ਚਲੀ ਗਏ। ਪਰ ਮੈਂ ਇੱਕ ਚੀਜ਼ ਨੋਟਿਸ ਕੀਤੀ, ਪਹਿਲਾਂ ਹੁੰਦਾ ਸੀ ਵੀ ਜੇ ਮੈਂ ਆੜੀਆਂ ਨਾਲ ਘੁੰਮਣ ਜਾਣਾ, ਗੱਡੀ ਦੇ ਸ਼ੀਸ਼ੇ ਥੱਲੇ ਕਰਕੇ ਮਿਊਜ਼ਿਕ ਵਜਾਉਣਾ ਉੱਚੀ, ਹੈ ਨਾ, ਉਹ ਚੀਜ਼ਾਂ ਜਿਹੀਆਂ ਕਰਨੀਆਂ ਜਿਹੜੀਆਂ ਕਰਦੇ ਸੀ, ਉਹਨਾਂ ਜ਼ਿਆਦਾ ਨਹੀਂ ਅਸੀਂ ਕੀਤਾ ਹੈਗਾ ਐਕਸਟ੍ਰੀਮ, ਪਰ ਫਿਰ ਵੀ ਥੋੜ੍ਹਾ ਬਹੁਤਾ ਚਲੋ ਇੰਜੋਏ ਕਰ ਲੈਂਦੇ ਸੀ ਕਦੇ ਕਦੇ। ਅਤੇ ਅੱਜ ਜਦੋਂ ਕਰ ਰਹੇ ਸੀ ਨਾ ਤਾਂ ਅੱਗੇ ਆਇਆ, ਮਤਲਬ ਕਿਸੇ ਨੂੰ ਦੇਖਣਾ ਤਾਂ ਦੇਖਦੇ ਹੀ ਰਹਿਣਾ, ਅੱਜ ਜੇ ਅਸੀਂ ਐਂ ਬਾਹਰ ਦੇਖਦੇ ਸੀਗੇ, ਮੈਂ ਤਾਂ ਬਾਹਰ ਦੇਖਣ ਦੀ ਮੇਰੀ ਹਿੰਮਤ ਨਹੀਂ ਪੈਂਦੀ ਸੀ ਗਾਣੇ ਲਾ ਕੇ, ਜੇ ਕੋਈ ਮੈਨੂੰ ਦੇਖਦਾ ਸੀ ਮੈਂ ਤਾਂ ਨੀਵੇਂ ਜੀ ਪਾ ਲੈਂਦਾ ਸੀਗਾ, ਮੈਂ ਕਹਿ ਲਓ ਵੀ ਏਜ ਦਾ ਜਾਂ ਐਵੇਂ ਕਹਿ ਲਓ ਵੀ ਵਿਆਹ ਕਰਾਉਣਾ, ਇਹਦੇ ਚੀਜ਼ਾਂ ਦਾ ਫਰਕ ਪੈ ਜਾਂਦਾ, ਜਵਾਨੀ 'ਚ ਬੰਦਾ ਹੋਰ ਹਿਸਾਬ ਨਾਲ ਗੇੜੀ ਲਾਉਂਦਾ, ਹੁਣ ਮਤਲਬ ਡਿਫਰੈਂਟ ਤਰੀਕੇ ਦਾ ਸਵਾਦ ਸੀਗਾ। ਅਤੇ ਅਸੀਂ ਗੇੜੀ ਮਾਰ ਰਹੇ ਸੀਗੇ ਜੀ ਓਬਵੀਅਸਲੀ ਸਿੱਧੂ ਦੇ ਗਾਣੇ ਲਾ ਕੇ, ਅਤੇ ਰਾਹ ਦੇ ਵਿੱਚ ਇੰਨੀਆਂ ਗੱਡੀਆਂ ਅਤੇ ਸਿੱਧੂ ਦਾ ਪੋਸਟਰ ਬਣਿਆ ਹੋਇਆ, ਫੋਟੋ ਬਣੀ ਦਿਖੀ, ਅਤੇ ਗਾਣੇ ਵੀ ਸਿੱਧੂ ਦੇ, ਜਿੰਨੇ ਵੀ ਉੱਥੇ ਗੇੜੀ ਗੁੜੀ ਮਾਰਦੇ ਸੀ ਜਿਹੜੇ ਮੁੰਡੇ, ਜਾਂ ਰਾਹ ਦੇ ਵਿੱਚ ਵੀ ਸਾਨੂੰ ਮਿਲੇ, ਸਾਰੇ ਸਿੱਧੂ ਦਾ ਮਿਊਜ਼ਿਕ ਲਾਇਆ ਸੀਗਾ, ਇੰਨੀ ਉੱਚੀ ਉੱਚੀ, ਉਹ ਚੀਜ਼ ਦੇਖ ਕੇ ਵਧੀਆ ਲੱਗਦਾ। ਅਸੀਂ ਵੀ ਜਦੋਂ ਦੋਨੇ ਅਸੀਂ ਖਾ ਵੀ ਰਹੇ ਸੀਗੇ, ਉੱਥੇ ਵੀ ਸਿੱਧੂ ਦਾ ਮਿਊਜ਼ਿਕ ਚੱਲ ਰਿਹਾ ਸੀ, ਅਸੀਂ ਸਿੱਧੂ ਬਾਰੇ ਗੱਲ ਕਰਦੇ ਸੀਗੇ, ਹੈ ਨਾ, ਮਤਲਬ ਦੇਖ ਲਓ ਬੰਦਾ ਚਲੀ ਗਿਆ, ਸਾਰੇ ਕਿਤੇ ਉਹਦੀਆਂ ਅੱਜ ਵੀ ਗੱਲਾਂ ਨੇ। ਜਦੋਂ ਵੀ ਮੈਂ ਕਿਸੇ ਨੂੰ ਵੀ ਮਿਲਦਾ ਆੜੀਆਂ, ਸਭ ਤੋਂ ਪਹਿਲਾਂ ਬੰਦਾ ਆਈ ਕਹਿੰਦਾ ਯਾਰ ਉਹ ਚੀਜ਼ ਦਾ ਬੜਾ ਦੁੱਖ ਆ ਵੀ ਜਿਹੜੀ ਆਹ ਚੀਜ਼ ਹੋ ਗਈ,
ਤੇ ਬਸ ਇਹੀ ਇਹੀ ਗੱਲਾਂ ਕਰਕੇ ਬਾਈ ਲੈਜੈਂਡ ਸੀਗਾ। ਘਰ ਵਾਲੇ ਮਾੜੇ ਮੋਟੇ ਕੰਮ ਕਰਦਾ ਉਹ ਸੱਚ। ਹਾਂ ਜਦੋਂ ਉਹ 'ਚ ਬਾਹਰ ਆਇਆ ਤਾਂ ਸਾਡਾ ਜਿਹੜਾ ਓਨਰ ਭਾਅ ਜੀ ਨੇ ਉਹਨਾਂ ਨੇ ਜੀਪ ਬਾਹਰ ਕੱਢੀ, ਉਹਦੇ ਵਿੱਚ ਵੀ ਸਿੱਧੂ ਦੇ ਗਾਣੇ ਚੱਲਦੇ ਸੀ। ਸੋ ਐਵਰੀਵੇਅਰ ਜਿੱਥੇ ਮੱਝ ਗਿਆ ਸਿੱਧੂ ਸਿੱਧੂ ਸੀਗੀ। ਬ੍ਰੈਂਪਟਨ ਸ਼ਹਿਰ ਨੂੰ ਸਿੱਧੂ ਨੇ ਬਹੁਤ ਪਿਆਰ ਦਿੱਤਾ, ਇਹਦਾ ਨਾਮ ਉਹਨੇ ਪੂਰੀ ਦੁਨੀਆ 'ਚ ਗੂੰਜਣ ਲਾ ਤਾ ਵੀ ਬ੍ਰੈਂਪਟਨ ਕੋਈ ਜਗ੍ਹਾ ਹੈਗੀ ਆ। ਅਤੇ ਬ੍ਰੈਂਪਟਨ ਨੇ ਫਿਰ ਸਿੱਧੂ ਨੂੰ ਵੀ ਓਨਾ ਹੀ ਪਿਆਰ ਦਿੱਤਾ, ਸਾਰੇ ਉਹਨੂੰ ਉਰੇ ਇੰਨਾ ਜ਼ਿਆਦਾ ਪਸੰਦ ਕਰਦੇ ਆ, ਸਾਰੇ ਕਿਤੇ ਉਹਦੇ ਹੀ ਗਾਣੇ ਚੱਲਦੇ ਆ। ਜਦੋਂ ਦੇ ਸ਼ਨ ਅਤੇ ਅੰਗਦ ਗਏ ਨੇ ਜੀ, ਦਿਨ ਬੜੇ ਅਜੀਬ ਜਿਹੇ ਹੋ ਗਏ ਨੇ। ਦਿਨ ਤਾਂ ਬਹੁਤ ਵਧੀਆ ਲੰਘਦਾ, ਕੋਈ ਨਾ ਕੋਈ ਮੇਰਾ ਫਰੈਂਡ ਆ ਜਾਂਦਾ ਵਾ ਜਾਂ ਮੈਂ ਕਿਸੇ ਨਾਲ ਬਾਹਰ ਚਲੀ ਜਾਂਦਾ ਵਾ, ਮਤਲਬ ਕੋਈ ਨਾ ਕੋਈ ਆ ਹੀ ਰਹਿੰਦਾ ਵਾ ਦਿਨੇ ਤਾਂ, ਹੈ ਨਾ। ਅਤੇ ਦਿਨ ਵੈਸੇ ਵੀ ਬਾਹਰ ਵੀ ਹਲਚਲ ਹੁੰਦੀ ਆ, ਪਰ ਜਦੋਂ ਰਾਤ ਹੁੰਦੀ ਆ ਰਾਤ ਨੂੰ ਘਰ ਇੰਨਾ ਜ਼ਿਆਦਾ ਸੁੰਨਾ ਹੋ ਜਾਂਦਾ। ਹੁਣ ਮੈਂ ਬੋਲ ਰਿਹਾ ਮੈਨੂੰ ਮੇਰੀ ਆਵਾਜ਼ ਵੀ ਇੰਨੀ ਜ਼ਿਆਦਾ ਗੂੰਜਦੀ ਉਰੇ ਲੱਗ ਰਹੀ ਆ। ਪਰ ਹੁਣ ਜਦੋਂ ਰੋਟੀ ਬਣਾਉਣੀ ਹੁੰਦੀ ਆ ਜਾਂ ਕੁਛ ਵੀ ਬਣਾਉਣਾ ਹੁੰਦਾ ਵਾ, ਫਿਰ ਮੈਨੂੰ ਇਹੀ ਸੋਚਣ 'ਚ ਟਾਈਮ ਲੱਗ ਜਾਂਦਾ ਵੀ ਕੀ ਬਣਾਵਾਂ, ਹੈ ਨਾ। ਤਾਂ ਮੈਂ ਕਦੇ ਲਾਈਕ ਕੋਈ ਸਨੈਕਸ ਖਾ ਲੈਂਦਾ, ਬਰਗਰ ਬੁਰਗਰ ਪਟੇਟੋਸ ਇਹੋ ਜਿਹੀਆਂ ਚੀਜ਼ਾਂ ਹੀ ਮੈਂ ਖਾ, ਜਾਂ ਚੌਲ ਬਣਾ ਲਏ ਜਿਹੜੀਆਂ ਚੀਜ਼ਾਂ ਜਾਣੀ ਸੌਖੀਆਂ ਨੇ। ਬਾਹਲਾ ਅਨਹੈਲਦੀ ਵੀ ਨਹੀਂ ਖਾ ਰਿਹਾ ਮੈਂ, ਹੁਣ ਅੱਜ ਕੱਲ੍ਹ ਬਾਹਲਾ ਮਿੱਠਾ ਨਹੀਂ ਖਾ ਰਿਹਾ ਹੈਗਾ, ਹੈਲਦੀ ਹੈਲਦੀ ਚੀਜ਼ਾਂ ਹੀ ਖਾ ਰਿਹਾ ਵਾਂ। ਪਰ ਇੰਨੀਆਂ ਵੀ ਹੈਲਦੀ ਨਹੀਂ ਹੈਗੀਆਂ, ਕਿਉਂਕਿ ਹੈਲਦੀ ਚੀਜ਼ਾਂ ਬਾਹਲੀਆਂ ਇੰਨੀਆਂ ਜ਼ਿਆਦਾ ਸਵਾਦ ਨਹੀਂ ਹੁੰਦੀਆਂ ਹੈਗੀਆਂ, ਹੈ ਨਾ। ਸੋ ਮੈਂ ਮਿਕਸ ਹੀ ਡਾਇਟ ਖਾ ਰਿਹਾ। ਪਰ ਸਭ ਤੋਂ ਔਖਾ ਡਿਸੀਜ਼ਨ ਹੈ ਡਿਸਾਈਡ ਕਰਨਾ ਵੀ ਕਿਹੜੇ ਟਾਈਮ 'ਤੇ ਕੀ ਖਾਵਾਂ। ਨਹੀਂ ਜਦੋਂ ਮੈਂ ਅਤੇ ਸ਼ਨ ਹੁੰਦੇ ਸੀ ਅਸੀਂ ਪਹਿਲਾਂ ਦੁਪਹਿਰੇ ਗੱਲਾਂ ਕਰ ਲੈਂਦੇ ਕੀ ਬਣਾਈਏ ਕੀ ਬਣਾਈਏ, ਚਲੋ ਅੱਜ ਆਹ ਕਰ ਲਾਂਗੇ। ਮੈਂ ਤਾਂ ਜਦੋਂ ਦਾ ਇਕੱਲਾ ਮੈਂ ਪੀਜ਼ਾ ਆਰਡਰ ਕਰਕੇ ਵੀ ਨਹੀਂ ਖਾਧਾ ਹੈਗਾ, ਜੀਜ਼ਾ ਹੀ ਨਹੀਂ ਕਰਦਾ ਹੈਗਾ, ਇੰਨੀ ਭੁੱਖ ਨਹੀਂ ਲੱਗਦੀ ਹੈਗੀ ਮੈਨੂੰ ਹੁਣ। ਪਰ ਹਾਂ ਸ਼ਨ ਅਤੇ ਅੰਗਦ ਨੂੰ ਮੈਂ ਬਹੁਤ ਜ਼ਿਆਦਾ ਮਿਸ ਕਰ ਰਿਹਾ ਜੀ, ਰਵੀ ਨੂੰ ਵੀ ਮਿਸ ਕਰੀਦਾ ਵਾ। ਬਾਕੀ ਐਂ ਜ਼ਰੂਰ ਆ ਵੀ ਜਦੋਂ ਦੇ ਉਹ ਗਏ ਨੇ ਮੈਂ ਪਿੰਡ ਰੋਜ਼ ਫੋਨ ਕਰਦਾ ਹੀ ਕਰਦਾ ਵਾ, ਨਹੀਂ ਕੀ ਹੁੰਦਾ ਸੀ ਸ਼ਨ ਨਹੀਂ ਕਈ ਵਾਰ ਪਿੰਡ ਗੱਲ ਕਰ ਲੈਂਦੀ ਸੀ ਮੋਸਟਲੀ, ਅਤੇ ਮੈਂ ਚਾਹੇ ਕੋਲ ਵੀ ਬੈਠਾ ਰਹਾਂ ਥੋੜ੍ਹੀ ਬਹੁਤੀ ਸਤਿ ਸ਼੍ਰੀ ਅਕਾਲ ਇੱਦਾਂ ਇੱਦਾਂ, ਹੈ ਨਾ। ਪਰ ਹੁਣ ਜਦੋਂ ਦੇ ਉਹ ਗਏ ਨੇ ਜੀ ਮੇਰੀ ਸਾਰਿਆਂ ਨਾਲ ਗੱਲ ਹੋ ਜਾਂਦੀ ਆ। ਮੈਂ ਸ਼ਨ ਨੂੰ ਫੋਨ ਲਾ ਲੈਂਦਾ, ਮੰਮੀ ਨੂੰ ਫੋਨ ਲਾ ਲੈਂਦਾ, ਰਵੀ ਨੂੰ ਫੋਨ ਲਾ ਲੈਂਦਾ, ਅਸੀਂ ਲੱਗੇ ਰਹਿੰਦੇ ਅੱਧਾ ਅੱਧਾ ਘੰਟਾ। ਸੋ ਚੀਜ਼ ਵਧੀਆ, ਮੈਂ ਮਤਲਬ ਪਹਿਲਾਂ ਜਦੋਂ ਦੇ ਹੁਣ ਅਸੀਂ ਆਏ ਸੀਗੇ ਜਦੋਂ ਵਿਆਹ ਹੋਇਆ, ਇਹ ਚੀਜ਼ ਬਹੁਤ ਘੱਟ ਸੀ ਮੇਰੀ ਜ਼ਿੰਦਗੀ ਦੇ ਵਿੱਚ, ਮਤਲਬ ਇੰਨੀ ਲੰਬੀ ਫੋਨ ਕਾਲ ਨਹੀਂ ਹੁੰਦੀ ਸੀਗੀ। ਉਹ ਘਰਦੇ ਵੀ ਸਿਰਫ ਅੰਗਦ ਨੂੰ ਦੇਖਣ ਨੂੰ ਫੋਨ ਲਾਉਂਦੇ ਸੀਗੇ, ਪਰ ਹੁਣ ਮਤਲਬ ਮੇਰੇ ਤੋਂ ਵੀ ਰਿਹਾ ਜਾ ਨਹੀਂ ਜਾਂਦਾ ਹੈਗਾ। ਮੈਨੂੰ ਨੀਡ ਫੀਲ ਹੁੰਦੀ ਆ ਵੀ ਹਾਂ ਯਾਰ ਫੈਮਲੀ ਹੈ ਨਾ ਇੱਕ, ਬਹੁਤ ਪਤਾ ਨਹੀਂ ਅਸੀਂ ਸ਼ੁਰੂ ਤੋਂ ਜੁਆਇੰਟ ਫੈਮਲੀ 'ਚ ਰਹੇ ਹੋਏ ਹਾਂ ਨਾ, ਮੈਨੂੰ ਐਂ ਲੱਗਦਾ ਵੀ ਯਾਰ ਹਾਂ ਉਹਨਾਂ ਚੀਜ਼ਾਂ 'ਚ ਰਹਿਣ ਦਾ ਜ਼ਿਆਦਾ ਨਜ਼ਾਰਾ ਵਾ। ਟੀ ਵੀ ਦੇਖਣਾ ਇਕੱਲਾ ਨਾ ਤੁਸੀਂ ਘੰਟਾ ਕੁ ਟੀ ਵੀ ਦੇਖ ਸਕਦੇ ਹੋ, ਬੜਾ ਇੰਜੋਏ ਨਹੀਂ ਕਰ ਸਕਦੇ। ਕੋਈ ਵੀ ਗੇਮ ਖੇਡਣੀ ਆ ਆਪਣੀ ਪਲੇ ਸਟੇਸ਼ਨ ਵਾਲੀ, ਉਹ ਤਾਂ ਮੈਂ ਵੈਸੇ ਹੈ ਵੀ ਨਹੀਂ ਮੇਰੇ ਕੋਲ, ਜਾਂ ਫੋਨ 'ਤੇ ਕੋਈ ਜੀਓ ਨਹੀਂ ਕਰਦਾ। ਛੋਟੇ ਹੁੰਦੇ ਇਹ ਚੀਜ਼ਾਂ ਦਾ ਬੜਾ ਜ਼ਿਆਦਾ ਕਰੇਜ਼ ਹੁੰਦਾ ਸੀਗਾ, ਪਰ ਟਾਈਮ ਟਾਈਮ ਨਾਲ ਚੀਜ਼ਾਂ ਚੇਂਜ ਹੁੰਦੀਆਂ ਰਹਿੰਦੀਆਂ ਨੇ ਬੰਦੇ ਦੀ ਜਿਹੜੀ ਲਾਈਫ ਆ, ਚੇਂਜ ਹੁੰਦੀ ਰਹਿੰਦੀ ਆ। ਮੈਨੂੰ ਲੱਗਦਾ ਜਿਹੜਾ ਸ਼ਰਨ ਅਤੇ ਅੰਗਦ ਨੂੰ ਭੇਜਣ ਦਾ ਡਿਸੀਜ਼ਨ ਸੀਗਾ ਉਹ ਬਹੁਤ ਸਹੀ ਸੀ, ਉੱਥੇ ਉਹ ਮੈਂ ਦੇਖਿਆ ਵੱਧ ਜ਼ਿਆਦਾ ਇੰਜੋਏ ਕਰ ਰਹੇ ਨੇ। ਉਹਦੇ ਹੁਣ ਉਹਨਾਂ ਨੇ ਬੰਨੇ ਜੇ ਬੈਠੇ ਰਹਿਣਾ ਸੀਗਾ, ਆਹ ਟਾਈਮ 'ਤੇ ਸਾਡੇ ਕੋਲ ਗੱਡੀ ਵੀ ਨਹੀਂ ਸੀ, ਕਿਤੇ ਬਾਹਰ ਵੀ ਨਹੀਂ ਜਾਣਾ ਸੀਗਾ, ਔਖਾ ਹੋ ਜਾਣਾ ਸੀਗਾ। ਉੱਥੇ ਉਹ ਫੁੱਲ ਇੰਜੋਏ ਕਰਦਾ, ਫਿਰ ਆਪਣੇ ਨਾਨਕੇ ਜਾਊਗਾ, ਰਿਸ਼ਤੇਦਾਰੀਆਂ 'ਚ ਘੁੰਮਦਾ ਵਾ। ਮੈਂ ਦੇਖਿਆ ਮੰਮੀ ਨੇ ਕੱਲ੍ਹ ਉਹਨੂੰ ਗੋਭੀ ਵਾਲੇ ਪਕੌੜੇ ਬਣਾ ਕੇ ਦਿੱਤੇ, ਹੈ ਨਾ। ਸੋ ਅੰਗਦ ਅਤੇ ਸ਼ਨ ਇੰਜੋਏ ਕਰਦੇ ਆ, ਰਵੀ ਹੁਣੇ ਸਾਰੀ ਫੈਮਲੀ ਉੱਥੇ ਹੈਗੀ, ਇਕੱਲਾ ਮੈਂ ਹੀ ਨਹੀਂ ਹੈਗਾ। ਅਤੇ ਮੈਨੂੰ ਵਧੀਆ ਲੱਗਦਾ ਉਹਨਾਂ ਨੂੰ ਦੇਖ ਕੇ, ਮੈਨੂੰ ਵੀ ਐਂ ਲੱਗਦਾ ਮੈਂ ਉਹਨਾਂ ਦੇ ਹੁਣ ਵਲੋਗ ਲਾਈ ਰੱਖਦਾ, ਨਹੀਂ ਮੈਂ ਕਈ ਵਾਰ ਮੰਮੀ ਉਹਨਾਂ ਦੇ ਵਲੋਗ ਨਾ ਮਿਸ ਹੋ ਜਾਂਦੇ ਜੀ, ਫਿਰ ਕਿਸੇ ਦਿਨ ਬਹਿ ਕੇ ਦੇਖਦਾ ਸੀ। ਹੁਣ ਮੈਨੂੰ ਰੋਜ਼ ਵੇਟ ਰਹਿੰਦੀ ਆ ਵੀ ਇੰਡੀਅਨ ਮੋਮ ਕੁਕਿੰਗ 'ਤੇ ਦਾ ਮਾਂਗੜ ਫੈਮਲੀ ਉੱਤੇ ਵਲੋਗ ਆਊਗਾ, ਮੈਂ ਆਰਾਮ ਨਾਲ ਲਾ ਕੇ ਟੀ ਵੀ ਦੇ ਉੱਤੇ ਦੇਖਦਾ। ਸੋ ਚੀਜ਼ਾਂ ਮੈਨੂੰ ਬਾਹਲੀਆਂ ਜ਼ਿਆਦਾ ਵਧੀਆ ਲੱਗਦੀਆਂ ਨੇ, ਉਹ 'ਚ ਦੇਖ ਕੇ ਮੈਨੂੰ ਨਹੀਂ ਜ਼ਿਆਦਾ ਖੁਸ਼ੀ ਜੀ ਹੁੰਦੀ ਆ। ਹੁਣ ਮੈਂ ਕਿਵੇਂ ਦੱਸਾਂ, ਮੈਂ ਤਾਂ ਹਮੇਸ਼ਾ ਇੱਕੋ ਗੱਲ ਕਹਿੰਦਾ ਹੁਣ, ਜਦੋਂ ਮੈਂ ਛੋਟਾ ਹੁੰਦਾ ਸਕੂਲ ਦੇ ਵਿੱਚ ਪੜ੍ਹਦਾ ਸੀਗਾ, ਅਤੇ ਮੈਨੂੰ ਕੋਈ ਕਹਿੰਦਾ ਭਾਈ ਤੂੰ ਐਡੀਆਂ ਮਹਿੰਗੀਆਂ ਗੱਡੀਆਂ ਦੇ ਵਿੱਚ ਬੈਠਿਆ ਕਰੇਗਾ, ਇੰਨੇ ਲੋਕ ਤੈਨੂੰ ਜਾਣਨਗੇ, ਲੈਂਬੋ ਐਡੇ ਬੜੇ ਬੜੇ ਕਲਾਕਾਰਾਂ ਦੇ ਤੈਨੂੰ ਕਮੈਂਟ ਆਉਣਗੇ, ਮੈਸੇਜ ਆਉਣਗੇ, ਅਤੇ ਮੈਂ ਕਦੇ ਨਾ ਯਕੀਨ ਕਰਦਾ। ਮਤਲਬ ਥੈਂਕ ਯੂ ਸੋ ਮਚ ਜਿਹੜਾ ਤੁਸੀਂ ਪਿਆਰ ਕਰਦੇ ਹੋ, ਅਤੇ ਕੱਲ੍ਹ ਵਾਲੀ ਵੀਡੀਓ ਨੂੰ ਜਿਹੜਾ ਤੁਸੀਂ ਸਪੋਰਟ ਕੀਤਾ, ਨਾ ਆਪਾਂ ਕਿਸੇ ਦਾ ਨਾਮ ਲਿਆ ਸੀਗਾ ਨਾ, ਪਰ ਇਹ ਜ਼ਰੂਰ ਦੱਸਿਆ ਸੀ ਬਾਈ ਪੈਸੇ ਨਾ ਖਰਾਬ ਕਰ ਲਿਓ, ਕਿਉਂਕਿ ਮੇਰੇ ਕੋਲ ਉਹ ਫਿਰ ਮੇਰੇ ਕੋਲ ਸਾਰੇ ਜਾਣੇ ਉਦੋਂ ਆ ਜਾਂਦੇ ਆ ਜਦੋਂ ਬੰਦੇ ਦੇ ਪੈਸੇ ਖਰਾਬ ਹੋ ਜਾਂਦੇ ਆ। ਕਿਸੇ ਦੀ ਸੁਣ ਕੇ ਤੁਸੀਂ ਉਹ ਚੀਜ਼ਾਂ 'ਤੇ ਟਰੱਸਟ ਕਰਕੇ ਉਹੋ ਜਿਹੇ ਕਾਲਜਾਂ 'ਚ ਐਡਮਿਸ਼ਨ ਲੈ ਲੈਂਦੇ ਹੋ, ਜੋ ਉਹੋ ਜਿਹੇ ਇਮੀਗ੍ਰੇਸ਼ਨ ਏਜੰਟਸ ਕੋਲ ਫਸ ਜਾਂਦੇ ਹੋ, ਆਪਣੀ ਡਿਊ ਡਿਲੀਜੈਂਸ ਜ਼ਰੂਰ ਕਰਿਆ ਕਰੋ। ਆਪਣੇ ਹਿੱਸੇ ਦੀ ਜਿਹੜੀ ਪੁੱਛ ਪੜਤਾਲ ਹੁੰਦੀ ਆ ਉਹ ਤੁਸੀਂ ਜ਼ਰੂਰ ਕਰਿਆ ਕਰੋ, ਕੋਈ ਵੀ ਗੱਲ ਕਹੀ ਆਪਣਾ ਮਤਲਬ ਪਹਿਲਾਂ ਪੂਰੀ ਸਰਚ ਕਰਿਆ ਕਰੋ। ਐਵੇਂ ਨਾ, ਅੱਜ ਵੀ ਮੈਨੂੰ ਮੁੰਡਿਆਂ ਨੇ ਮੈਸੇਜ ਕੀਤੇ ਹੋਏ ਸੀਗੇ, ਉਹ ਕਹਿੰਦੇ ਵੀ ਵੀਰੇ ਅਸੀਂ ਸਟੇਟਮੈਂਟ ਆਫ ਪਰਪਸ ਲਿਖਣੀ ਹੈ, ਲੈਟਰ ਆਫ ਇੰਟੈਂਟ, ਹੈ ਨਾ। ਕਹਿੰਦਾ ਮੈਨੂੰ ਸਮਝ ਨਹੀਂ ਆ ਰਿਹਾ, ਮੈਂ ਉਹਨੂੰ ਯੂਨੀਵਰਸਿਟੀ 'ਚ ਅਪਲਾਈ ਕਰਨਾ ਸੀਗਾ। ਮੈਂ ਇਹ ਚੀਜ਼ ਬਹੁਤ ਵਾਰੀ ਕੀਤੀ ਹੈ, ਮੈਂ ਜਿਹੜੀ ਮੇਰੀ ਰਾਜਸਥਾਨ ਯੂਨੀਵਰਸਿਟੀ 'ਚ ਜਦੋਂ ਮੈਂ ਐਡਮਿਸ਼ਨ ਲਈ ਸੀ ਉਦੋਂ ਮੈਂ 5 ਯੂਨੀਵਰਸਿਟੀਆਂ ਦੇ ਵਿੱਚ ਆਪਣੀ ਸਟੇਟਮੈਂਟ ਆਫ ਪਰਪਸ ਭੇਜੀ ਸੀ, ਲੈਟਰ ਆਫ ਇੰਟੈਂਟ, ਅਤੇ ਉਹ 5 'ਚ ਐਕਸੈਪਟ ਹੋ ਗਈ ਸੀਗੀ। ਪਰ ਮੈਂ ਉਰੇ ਆ ਗਿਆ ਸੀ ਕਿਉਂਕਿ ਮੇਰੇ ਭੂਆ ਜੀ ਉਰੇ ਰਹਿੰਦੇ ਆ ਨੇੜੇ, ਸੋ ਮੈਨੂੰ ਆਉਣ ਜਾਣ ਕਰਨਾ ਸੌਖਾ ਸੀਗਾ। ਸੋ ਅੱਜ ਮੈਂ ਮੁੰਡਿਆਂ ਨੂੰ ਭੇਜ ਕੇ ਹਟਿਆ, ਮੈਂ ਸੋਚਦਾ ਵੀ ਇੱਕ ਦਿਨ ਨਾ ਮੈਂ ਤੁਹਾਡੇ